ਸਰਕਾਰ ਦੇ ਦਰਬਾਰ ਦੇ ਵਿੱਚ ਉਹਨਾਂ ਦੇ ਮੁਰੀਦ ਬੈਠੇ ਆ ਅਤੇ ਉਹਨਾਂ ਸਾਹਮਣੇ ਉਹਨਾਂ ਦੇ ਯਾਦ ਦੀ ਮੈਂ ਗੱਲ ਕਰਨ ਲਈ ਜਾ ਰਿਹਾ, ਗੌਰ ਕਰਨੀ ਹੈ, ਤਵੱਜੋ ਦੇਣੀ ਹੈ। ਇਸ਼ਕ, ਇਸ਼ਕ ਦੋ ਤਰ੍ਹਾਂ ਦਾ, ਹਕੀਕੀ ਅਤੇ ਮਜਾਜੀ। ਹੁਣ ਗੱਲ ਸੁਣਨੀ ਆ, ਇਸ਼ਕ ਦੋ ਤਰ੍ਹਾਂ ਦਾ, ਹਕੀਕੀ ਅਤੇ ਮਜਾਜੀ। ਮਜਾਜੀ ਇਸ਼ਕ ਵਿੱਚ ਕੀ ਹੋਇਆ ਅਤੇ ਹਕੀਕੀ ਇਸ਼ਕ ਕੀ ਹੋਇਆ। ਮਜਾਜੀ ਇਸ਼ਕ ਕਿਹਨੇ ਕਿਹਨੇ ਕੀਤਾ ਅਤੇ ਹਕੀਕੀ ਇਸ਼ਕ ਕਿਹਨੇ ਕਿਹਨੇ ਕੀਤਾ, ਕਿਹਦੇ ਕਿਹਦੇ ਨਾਲ ਕਿਵੇਂ ਕਿਵੇਂ ਹੋਇਆ, ਗੌਰ ਕਰਦੇ ਹਾਂ। ਇਜਾਜ਼ਤ ਹੈ ਹਜ਼ੂਰ। ਜੈ ਹੋ ਬਾਬਾ। ਇਸ਼ਕ, ਇਸ਼ਕ ਦੀਆਂ ਗੱਲਾਂ ਸੁਣ ਲੋ, ਇਸ਼ਕ, ਇਸ਼ਕ ਦੀਆਂ ਗੱਲਾਂ ਸੁਣ ਲੋ, ਇਹ ਇਸ਼ਕ ਦੀ ਖੇਡ ਨਿਆਰੀ। ਰੱਬਾ ਮੇਰਿਆ, ਜਿੰਨੇ ਦਿਨ ਇਸ਼ਕ ਕੀਤਾ ਕੀ ਹੋਇਆ ਉਹਦੇ ਨਾਲ। ਇਸ਼ਕ, ਇਸ਼ਕ ਦੀਆਂ ਗੱਲਾਂ ਸੁਣ ਲੋ, ਇਹ ਇਸ਼ਕ ਦੀ ਖੇਡ ਨਿਆਰੀ। ਉਹ ਇੱਕ ਮਜਾਜੀ ਤੇ ਇੱਕ ਹਕੀਕੀ ਹੈ, ਰਾਹ ਦੋਵਾਂ ਦੇ ਪਹਾਰੀ। ਇਸ਼ਕ, ਇਸ਼ਕ ਦੀਆਂ ਗੱਲਾਂ ਸੁਣ ਲੋ, ਇਸ਼ਕ ਦੀ ਖੇਡ ਨਿਆਰੀ। ਇੱਕ ਮਜਾਜੀ ਇੱਕ ਹਕੀਕੀ ਤੇ ਰਾਹ ਦੋਵਾਂ ਦੇ ਪਹਾਰੀ। ਉਹ ਬੁੱਲਾ ਪਹਿਲਾਂ ਕੰਜਰੀ ਬਣਿਆ, ਬੁੱਲਾ ਕੰਜਰੀ ਬਣਿਆ, ਫਿਰ ਸ਼ਾਹ ਇਨਾਇਤ ਤਾਰੀ। ਉਹ ਇਸ਼ਕ ਹੰਡਾ ਕੇ ਦੁਨੀਆ ਵਿੱਚੋਂ ਉਹ ਤੁਰ ਗਏ ਵਾਰੋ ਵਾਰੀ। ਨਾ ਬਾਬਾ ਬੁੱਲਾ ਰਿਹਾ, ਨਾ ਸ਼ਾਹ ਇਨਾਇਤ ਰਿਹਾ, ਪਰ ਰਹਿ ਕੀ ਗਿਆ। ਬੁੱਲਾ ਪਹਿਲਾਂ ਕੰਜਰੀ ਬਣਿਆ, ਫਿਰ ਸ਼ਾਹ ਇਨਾਇਤ ਤਾਰੀ। ਇਸ਼ਕ ਹੰਡਾ ਕੇ ਦੁਨੀਆ ਵਿੱਚੋਂ ਇਹ ਤੁਰ ਗਏ ਵਾਰੋ ਵਾਰੀ। ਮਜਾਜੀ ਇਸ਼ਕ ਸੀ ਸੋਹਣੀ ਦਾ, ਸੋਹਣੀ ਤਰੀ ਨਹੀਂ, ਡੁੱਬ ਗਈ। ਕਿਉਂ? ਕਿਉਂਕਿ ਇਸ਼ਕ ਮਜਾਜੀ ਸੀ, ਹਕੀਕੀ ਨਹੀਂ ਸੀ। ਮਜਾਜੀ ਇਸ਼ਕ ਸੀ ਸੋਹਣੀ ਦਾ, ਨਾ ਇਸ਼ਕ ਨੇ ਸੋਹਣੀ ਤਾਰੀ। ਉਹ ਹੀਰ ਮਰੀ ਫਿਰ ਸੱਸੀ ਮਰੀ, ਫਿਰ ਆਈ ਸਹਿਬਾਦੀ ਵਾਰੀ। ਮਜਾਜੀ ਇਸ਼ਕ ਸੋਹਣੀ ਦਾ, ਨਾ ਇਸ਼ਕ ਨੇ ਸੋਹਣੀ ਤਾਰੀ। ਹੀਰ ਮਰੀ ਫਿਰ ਸੱਸੀ ਮਰੀ, ਫਿਰ ਆਈ ਸਹਿਬਾਦੀ ਵਾਰੀ। ਇੱਕ ਡੋਬੇ ਇੱਕ ਤਾਰੇ, ਇੱਕ ਡੋਬੇ ਇੱਕ ਤਾਰੇ, ਇਹ ਮਜਾਜੀ ਤੇ ਹਕੀਕੀ ਦੀ ਸਵਾਰੀ। ਉਹ ਮੈਂ ਵੀ, ਹੁਣ ਮੈਂ ਵੀ ਹਕੀਕੀ ਵਿੱਚ ਸਵਾਰ ਹੋਇਆ। ਉਹ ਜਦੋਂ ਨਿਗਾਹ ਯਾਰ ਨੇ ਮਾਰੀ, ਹਾਂ ਜਦੋਂ ਨਿਗਾਹ, ਜਦੋਂ ਨਿਗਾਹ ਯਾਰ ਨੇ ਇਹ ਦੁਨੀਆ ਇੱਕ ਸ਼ੀਸ਼ਾ ਹੈ, ਇਹ ਦੁਨੀਆ ਇੱਕ ਸ਼ੀਸ਼ਾ ਹੈ, ਵਿੱਚੋਂ ਦਿਸਦੀ ਸੂਰਤ ਪਿਆਰੇ ਦੀ। ਨਾਲੇ ਤੱਕਦਾ ਹਾਂ, ਨਾਲੇ ਨੱਚਦਾ ਹਾਂ, ਲੱਗੇ ਮੌਜ ਸਵਰਗ ਦੇ ਨਜ਼ਾਰੇ ਦੀ। ਇਹ ਦੁਨੀਆ ਇੱਕ ਸ਼ੀਸ਼ਾ ਹੈ, ਵਿੱਚੋਂ ਦਿਸਦੀ ਸੂਰਤ ਪਿਆਰੇ ਦੀ। ਨਾਲੇ ਤੱਕਦਾ ਹਾਂ, ਨਾਲੇ ਨੱਚਦਾ ਹਾਂ, ਲੱਗੇ ਮੌਜ ਸਵਰਗ ਦੇ ਨਜ਼ਾਰੇ ਦੀ। ਮੈਂ ਹੋਰ ਕਿਸੇ ਤੋਂ ਕੀ ਲੈਣਾ, ਮੈਂ ਹੋਰ ਕਿਸੇ ਤੋਂ ਕੀ ਲੈਣਾ, ਬਣੀ ਜ਼ਿੰਦਗੀ ਯਾਰ ਦੁਬਾਰੇ ਦੀ। ਉਹ ਜਿਹਦਾ ਨੂਰ, ਉਹ ਜਿਹਦਾ ਨੂਰ ਆਪ ਤੂੰ ਬਣ ਜਾਵੇ, ਤੇ ਉਹਨੂੰ ਲੋੜ ਨਹੀਂ ਹੋਰ ਸਹਾਰੇ ਦੀ। ਹਾਏ ਉਹਨੂੰ ਲੋੜ, ਉਹਨੂੰ ਲੋੜ ਨਹੀਂ ਹੋਰ ਸਹਾਰੇ ਦੀ। ਅਲਮਸਤ ਪਾਪੂ ਲਾਲ ਬਾਦਸ਼ਾਹ ਸਰਕਾਰ ਨਾਲ ਕੌਣ ਕੌਣ ਪਿਆਰ ਕਰਦਾ, ਲਾ ਦੋ ਤਾੜੀ ਮੇਰੇ ਸਰਕਾਰ ਦੇ ਨਾਂ ਦੀ। ਤਵੱਜੋ ਦੇਣਾ, ਤਵੱਜੋ ਦੇਣਾ। ਇੱਕ ਬੰਦਾ ਨਕੋਦਰ ਜਾ ਕੇ ਹਜ਼ੂਰ ਦੇ ਦਰਬਾਰ ਵਿੱਚ ਬਹਿ ਗਿਆ, ਸਾਈਆਂ ਦੇ ਦਰਬਾਰ ਵਿੱਚ ਬਹਿ ਗਿਆ, ਬਾਪੂ ਲਾਲ ਬਾਦਸ਼ਾਹ ਸਰਕਾਰ ਦੇ ਦਰਬਾਰ ਵਿੱਚ ਬਹਿ ਗਿਆ। ਕਹਿੰਦਾ ਸਰਕਾਰ, ਤੁਹਾਡੇ ਦਰਬਾਰ 'ਤੇ ਰੁਪਈਏ ਚੜ੍ਹਾਈਏ ਤੁਸੀਂ ਮੰਨ ਜਾਂਦੇ ਹੋ? ਹਜ਼ੂਰ ਹੱਸ ਕੇ ਕਹਿਣ ਲੱਗੇ, ਚੱਲਿਆ ਤੈਨੂੰ ਕਹਿੰਦੇ ਕਹਿ ਦਿੱਤਾ। ਸਰਕਾਰ, ਤੁਹਾਡੇ ਦਰਬਾਰ 'ਤੇ ਚੁੰਨੀਆਂ ਬਾੜੇ ਰੁਮਾਲੇ ਚਾਦਰਾਂ ਚੜ੍ਹਾਈਏ ਤੁਸੀਂ ਮੰਨ ਜਾਂਦੇ ਹੋ? ਸਰਕਾਰ ਫਿਰ ਹੱਸ ਕੇ ਕਹਿੰਦੇ, ਸੁਣਾਈਏ ਤੈਨੂੰ ਕਹਿੰਦੇ ਕਹਿ ਦਿੱਤਾ। ਸਰਕਾਰ, ਤੁਹਾਡੇ ਦਰਬਾਰ 'ਤੇ ਲੰਗਰ ਭੋਗ ਪ੍ਰਸ਼ਾਦ ਚੜ੍ਹਾਈਏ
ਤੁਸੀਂ ਮੰਨ ਜਾਂਦੇ ਹੋ। ਹਜ਼ੂਰ ਫਿਰ ਹੱਥ ਕੇ ਕਹਿੰਦੇ ਉਹ ਸਦਾਈਆ ਤੈਨੂੰ ਕਿੰਨੇ ਕਹਿ ਦਿੱਤਾ, ਤੇ ਫਿਰ ਸਰਕਾਰ ਤਿੰਨੇ ਚੀਜ਼ਾਂ ਦਰਬਾਰ ਤੇ ਕਿਉਂ ਚੜਾਈਆਂ ਜਾਂਦੀਆਂ, ਤਿੰਨੇ ਚੀਜ਼ਾਂ ਦਰਬਾਰ ਤੇ ਕਿਉਂ ਚੜਾਈਆਂ ਜਾਂਦੀਆਂ? ਕਹਿੰਦੇ ਸੌਦੇ ਨਾਲ ਸੌਦਾ ਦੇ ਦੀਦਾ, ਸੌਦੇ ਨਾਲ ਸੌਦਾ। ਉਹ ਕਿਵੇਂ? ਕਹਿੰਦੇ ਰੁਪਈਏ ਚੜਾ, ਮੈਂ ਤੈਨੂੰ ਕਾਰੋਬਾਰ ਕੰਮ ਕਾਜ ਦੇ ਦਿਆਂਗਾ, ਚੁੰਨੀਆਂ ਪਾਣੇ ਰੁਮਾਲੇ ਚੜਾ, ਮੈਂ ਤੇਰੇ ਕੱਪੜੇ ਲੱਥੇ ਦਾ ਖਿਆਲ ਰੱਖਾਂਗਾ, ਭੋਗ ਪ੍ਰਸ਼ਾਦ ਲੰਗਰ ਚੜਾ, ਮੈਂ ਤੇਰੀਆਂ ਰਸੋਈਆਂ ਦਾ ਖਿਆਲ ਰੱਖਾਂਗਾ, ਪਰ ਸੌਦੇ ਨਾਲ ਸੌਦਾ ਹੀ ਦਿਆਂਗੇ। ਤੇ ਹਜ਼ੂਰ ਜੇ ਤੁਹਾਨੂੰ ਪਾਣਾ ਹੋਵੇ, ਕਹਿੰਦੇ ਜੇ ਤੁਹਾਨੂੰ ਪਾਣਾ ਹੋਵੇ, ਕਹਿੰਦੇ ਫਿਰ ਤਿੰਨੇ ਚੀਜ਼ਾਂ ਚੜਾਉਂਦਾ 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 ਜਿੱਦਣ ਆਪਣਾ ਮਨ, ਆਪਣੀ ਰੂਹ, ਆਪਣੀ ਆਤਮਾ, ਆਪਣਾ ਆਪਾ ਚੜਾਵੇਗਾ, ਉਂਗਲ ਫੜ ਕੇ ਤੇਰੇ ਘਰ ਹੀ ਫੇਰੇ ਲਾ ਕੇ ਬਹਿ ਜਾਂਦਾ, ਤੇਰੇ ਨਾਲ ਨਾਲ ਵਿਆਹ ਚੜਾਉਂਦਾ। ਆਉਂਦੇ ਸਾਰੇ ਆ, ਮੱਥਾ ਸਾਰੇ ਟੇਕਦੇ ਆ, ਜੈ ਮਸਤਾਂ ਦੀ ਜੈ ਸਾਈਆਂ ਦੀ ਸਾਰੀ ਦੁਨੀਆ ਕਰੀ ਜਾਂਦੀ ਹੈ, ਪਰ ਬਾਬਾ ਜੀ ਜੇ ਇਹਨਾਂ ਨੂੰ ਮਨਾਉਣਾ, ਜੇ ਇਹਨਾਂ ਨੂੰ ਪਾਉਣਾ, ਫਿਰ ਇੱਕ ਕੰਮ ਕਰਨਾ ਪੈਣਾ। ਉਹ ਪਤਾ ਕਿਹੜਾ? ਉਹ ਮੇਰੀ ਲੂ ਲੂ ਦੇ ਵਿੱਚ ਵਸਦਾ ਇਸ਼ਕ ਤੇਰਾ ਸੱਜਣਾ, ਇਸ਼ਕ ਤੇਰਾ ਸੱਜਣਾ, ਮੇਰੀ ਲੂ ਲੂ ਦੇ ਵਿੱਚ ਵਸਦਾ ਇਸ਼ਕ ਤੇਰਾ ਸੱਜਣਾ, ਇਸ਼ਕ ਤੇਰਾ ਸੱਜਣਾ, ਮੇਰੀ ਲੂ ਲੂ, ਉਹ ਮੇਰੀ ਲੂ ਲੂ, ਉਹ ਮੇਰੀ ਲੂ ਲੂ, ਉਹ ਮੇਰੀ ਲੂ ਲੂ, ਉਹ ਮੇਰੀ ਲੂ ਲੂ ਦੇ ਵਿੱਚ ਵਸਦਾ ਇਸ਼ਕ ਤੇਰਾ ਸੱਜਣਾ, ਇਸ਼ਕ ਤੇਰਾ ਸੱਜਣਾ, ਮੇਰੀ ਲੂ ਲੂ ਦੇ ਵਿੱਚ ਵਸਦਾ ਇਸ਼ਕ ਤੇਰਾ ਸੱਜਣਾ, ਇਸ਼ਕ ਤੇਰਾ ਸੱਜਣਾ, ਮੇਰੀ ਲੂ ਲੂ ਦੇ ਵਿੱਚ ਵਸਦਾ ਇਸ਼ਕ ਤੇਰਾ ਸੱਜਣਾ, ਇਸ਼ਕ ਤੇਰਾ ਸੱਜਣਾ, ਹੱਸਦਾ ਹੱਸਦਾ ਇਸ਼ਕ ਤੇਰਾ ਸੱਜਣਾ, ਇਸ਼ਕ ਤੇਰਾ ਸੱਜਣਾ।